देखो, अपना इतिहास देखो पंजाब का। फतेह का मतलब जितना तय जी कोरोना वायरस है ये उत्ते फतेह को चंगे ते चमकीले दिन मुड़ के आणगे सत्था दे विच फेर तो बाबे सी पलाणगे फिकरा दिया पंडा लागे तुसी दूर ही रखे हो पहला वर्गा चेहरे आते तुसी नूर ही रखे हो एना कालिया राता दी जद सुबह होगी फतेह हो पंजाबिया फिर फतेह 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 होगी। कल्ले कल्ले पंजाबी नूं अपना रुख बदलना पऊ। ये लड़ाई आपां नूं इस तरीके नाल लड़नी पऊ जैसे आपां किसी मुल्क नाल लड़दे हैं कि अंत विच असीं फतेह होके निकलांगे। असीं दुनिया तों वखरा इतिहास लिखांगे सबर सिदक दी बच्ची आज लिखांगे एनू मुरझाण नहीं देना ये गुलाब है साडा असीं खड़ना नाल पंजाब दा ये पंजाब है साडा सरकार दी बेनती सब मननी पैनी हर अपवादी कमर है सानू पलनी पैनी ताइयों सोने समय नाल साडी सुलाह होगी फतेह हो पंजाबिया फिर फतेह होगी फतेह हो पंजाबिया फिर फतेह होगी फतेह हो पंजाबिया फिर फतेह ਇਹ ਤੁਹਾਡੇ ਹੱਥ ਦੇ ਵਿੱਚ ਹੈ। ਜਾਣ ਲੱਗੇ ਮਾਸਕ ਪਾਉਣਾ, ਸੋਸ਼ਲ ਡਿਸਟੈਂਸਿੰਗ ਰੱਖਣੀ, ਨਾਲੇ ਹੱਥ ਧੋਣਾ, ਇਹ ਤੁਸੀਂ ਗੱਲਾਂ ਕਰਦੇ ਰਹੋ ਤੇ ਮੈਨੂੰ ਪੂਰਾ ਭਰੋਸਾ ਹੈ ਕਿ ਆਪਣਾ ਠੀਕ ਚੱਲੂਗਾ। ਫਰਜ਼ ਪਊ ਸਾਨੂੰ ਆਪਣਾ ਹੁਣ ਆਪ ਨਿਭਾਉਣਾ ਭੁੱਲ ਨਾ ਜਾਇਓ ਜੇਬ 'ਚ ਸੈਨੇਟਾਈਜ਼ਰ ਪਾਉਣਾ ਸਾਵਧਾਨੀ ਵਰਤੂ ਜੋ ਬਾਹਰ ਜਾਊਗਾ ਦਿੱਤੀ ਝੂਠ ਤੋਂ ਪਹਿਲਾਂ ਮੁੜ ਕਰ ਆਊਗਾ ਅਸੀਂ ਆਪਣੀ ਸੋਚ ਨੂੰ ਇਨੋਸੈਂਟ ਰੱਖਣਾ ਮਾਸਕ ਲਗਾਉਣਾ ਤੇ ਸੋਸ਼ਲ ਡਿਸਟੈਂਸ ਹੈ ਰੱਖਣਾ ਇਹੋ ਪਹਿਲੀ ਆਖਰੀ ਸਾਡੀ ਸਲਾਹ ਹੋਊਗੀ ਫਤਿਹ ਹੋ ਪੰਜਾਬੀਆ ਫਿਰ ਫਤਿਹ ਹੋਊਗੀ ਫਤਿਹ ਹੋ ਪੰਜਾਬੀਆ ਫਿਰ ਫਤਿਹ ਹੋਊਗੀ ਫਤਿਹ ਹੋ ਪੰਜਾਬੀਆ ਫਿਰ ਫਤਿਹ ਹੋਊਗੀ ਫਤਿਹ ਦਾ ਮਤਲਬ ਇਹ ਹੈ ਕਿ ਜਿਹੜੀ ਇਹ ਬਿਮਾਰੀ ਆਈ ਹੈ ਇਹਦੇ 'ਤੇ ਅਸੀਂ ਕਾਬੂ ਪਾਉਣੀ, ਉਹ ਸਾਡੀ ਫਤਿਹ ਹੋ ਉਸ ਔਰ ਪੰਜਾਬ ਨੂੰ ਸਹੀ ਰੱਖਣਾ ਉਹ ਫਤਿਹ ਹੈ ਸਾਡੀ। ਤਰੱਕੀ ਤੇ ਤੰਦਰੁਸਤੀ ਸਾਡੇ ਨਾਲ ਖੜੂਗੀ ਬਾਲੀ ਹਾਲੀ ਜ਼ਿੰਦਗੀ ਰਫਤਾਰ ਫੜੂਗੀ ਚੰਗੇ ਮਾੜੇ ਸਮੇਂ ਤਾਨੇ ਆਉਂਦੇ ਜਾਂਦੇ ਰਾਸ਼ਨ ਪਹੁੰਚਦਾ ਸਭ ਰੱਜ ਕੇ ਖਾਂਦੇ ਸਕੂਲ ਕਾਲਜ ਬਾਜ਼ਾਰ ਦੇ ਤੁਸੀਂ ਰਾਹ ਨਾ ਭੁੱਲਣੇ ਪਹਿਲਾਂ ਵਾਂਗੂ ਵੇਖਿਓ ਇਹ ਸਾਰੇ ਖੁੱਲਣੇ ਬਿਨਾਂ ਰੋਕ ਤੋਂ ਘਰਾਂ ਨੂੰ ਜਾਂਦੀ ਰਾਹ ਹੋਊਗੀ ਫਤਿਹ ਹੋ ਪੰਜਾਬੀਆ ਫਿਰ ਫਤਿਹ ਹੋਊਗੀ ਫਤਿਹ ਹੋ ਪੰਜਾਬੀਆ ਫਿਰ ਫਤਿਹ ਹੋਊਗੀ ਤੁਸੀਂ ਸਾਰੇ ਮਾਸਕ ਪਾਓ, ਹੱਥ ਸਾਫ਼ ਰੱਖੋ, ਸੋਸ਼ਲ ਡਿਸਟੈਂਸਿੰਗ ਬਣਾਏ ਰੱਖੋ ਔਰ ਕਰੋਨਾ ਪਰ ਕਰੇ ਫਤਿਹ। ਵਾਕਈ ਫਤਿਹ ਵਾਲੀ ਗੱਲ ਹੈ, ਫਤਿਹ ਕਰੀਏ, ਮੰਨ ਲਈਏ ਗੱਲ, ਫਤਿਹ ਹੋਊਗੀ।